ਪਰਿਵਾਰ ਨੂੰ ਕਿੰਨਾ ਔਖਾ ਹੁੰਦਾ ਪਿੱਛੇ? ਪਰਿਵਾਰ ਨੂੰ ਤਾਂ ਵੀਰ ਜੀ ਬਹੁਤ ਔਖਾ ਹੋਇਆ ਜੀ। ਸਾਰੇ ਪ੍ਰਸ਼ਾਸਨ ਵਧੀਆ ਆ, ਉਰੇ ਬਹੁਤ ਵਧੀਆ ਕੀਤਾ ਇਹਨਾਂ ਨੇ, ਮਿਠਾਈ ਮਿਠੂਈ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ, ਬਹੁਤ ਵਧੀਆ ਕੀਤਾ ਹੋਇਆ ਜੀ, ਧੰਨਵਾਦ ਇਹਨਾਂ ਦਾ। ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਸੀ। ਹਾਂ ਜੀ, ਬਹੁਤ ਜ਼ਿਆਦਾ ਜੀ ਪਛਤਾਵਾ, ਬਹੁਤ ਜ਼ਿਆਦਾ ਜੀ ਪਛਤਾਵਾ ਹੀ ਇਹ ਗੱਲ ਦਾ ਵੀ ਉਹਨੇ ਬੈਠੇ ਜੀ। ਬਸ ਘਰ ਆਉਣਾ ਤਾਂ ਬਹੁਤ ਖੁਸ਼ੀ ਹੋਣੀ ਸੀ, ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ, ਘਰ ਰਹੋ ਜੀ, ਵਧੀਆ ਜੀ। ਰੱਖੜੀ ਬੰਨ੍ਹੋ, ਕਕਰਾਲੀ ਤੋਂ ਆਏ ਵੀਰ ਜੀ। ਕਿਸ ਕਾਰਨਾਂ ਕਰਕੇ ਤੁਹਾਡਾ ਜਿਹੜਾ ਹੈਗਾ ਭਰਾ ਅੰਦਰ ਚਲਿਆ ਗਿਆ ਅਤੇ ਤੁਸੀਂ ਕੀ ਕਹਿਣਾ ਚਾਹੁੰਦੇ? ਕੁਛ ਨਹੀਂ ਜੀ, ਬਸ ਵੀਰ ਜੀ ਮੇਰਾ ਭਰਾ ਨਸ਼ੇ ਕਰਦਾ ਸੀ, ਉਹ ਨਸ਼ੇ ਕਿਸੇ ਨੇ ਭੇਜ ਦਿੱਤਾ ਜੀ, ਵੀ ਨਸ਼ਾ ਲੈਣ, ਉਹ ਇਹਨੂੰ ਪਤਾ ਨਹੀਂ ਸੀ, ਉਹ ਫੜਿਆ ਗਿਆ ਨਸ਼ੇ ਦੀ ਗੋਲੀਆਂ ਦੀ ਉਹਦੇ ਕੋਲ। ਤੁਹਾਨੂੰ ਲੱਗਦਾ ਵੀ ਗਲਤ ਸੰਗਤ ਦਾ ਸ਼ਿਕਾਰ ਹੋਇਆ ਤਾਂ ਕਰਕੇ ਜੇਲ੍ਹ 'ਚ ਆਉਣਾ ਪਿਆ? ਗਲਤ ਦਾ ਹੀ ਹੋਇਆ ਵੀਰ ਜੀ, ਤਾਂ ਹੀ ਜੇਲ੍ਹ 'ਚ ਆਇਆ। ਹਾਂਜੀ, ਪਰਿਵਾਰ ਨੂੰ ਕਿੰਨਾ ਔਖਾ ਹੁੰਦਾ ਪਿੱਛੇ? ਪਰਿਵਾਰ ਨੂੰ ਤਾਂ ਵੀਰ ਜੀ ਬਹੁਤ ਔਖਾ ਹੋਇਆ ਜੀ। ਇਹ ਤਿਉਹਾਰ ਤੁਸੀਂ ਘਰ ਮਨਾਉਣਾ ਅਤੇ ਹਾਸੀ ਖੇਡਦੇ ਖੇਡਦੇ ਅਸੀਂ ਜਿਹੜੇ ਹੈਗੇ ਨੇ ਦੇਖਿਆ, ਕੀ ਕਹਿਣਾ ਚਾਹੁੰਦੇ? ਬਸ ਵੀਰ ਜੀ ਕੁਛ ਨਹੀਂ ਕਹਿਣਾ ਚਾਹੁੰਦੇ, ਵੀ ਇਹੀ ਪਰਮਾਤਮਾ ਕੋਲ ਅਰਦਾਸ ਹੈਗੀ ਮੇਰਾ ਭਰਾ ਜਦ ਛੇਤੀ ਤੋਂ ਛੇਤੀ ਜਮਾਨ ਦੋ ਜੀ ਉਸਦੀ। ਕੀ ਲੱਗਦਾ ਜ਼ਿਆਦਾਤਰ ਦੇਖਿਆ ਜਿਹੜੀਆਂ ਹੈਗੀਆਂ ਭੈਣਾਂ ਮਾਯੂਸ ਨੇ, ਰੋਂਦੀ ਉਹ ਬਾਹਰ ਨਿਕਲ ਰਹੀ, ਰੋਂਦੀ ਹੀ ਨਿਕਲ ਰਹੀਆਂ ਵੀਰ ਜੀ, ਕੀ ਕਰੀਏ ਵੀਰ ਜੀ, ਕਰਮਾਂ ਦੀ ਖੇਡ ਆ ਸਾਰੀ। ਮੇਰਾ ਨਾਮ ਪ੍ਰਿਯਦਰਸ਼ਨ ਕੌਰ। ਅੱਛਾ, ਤੁਸੀਂ ਇੱਥੇ ਰੱਖੜੀ ਬੰਨ੍ਹਣ ਆਏ ਹੋ ਅਤੇ ਕਿਸ ਤਰ੍ਹਾਂ ਦੇ ਇੱਥੇ ਪ੍ਰਬੰਧ ਨੇ, ਕੀ ਕਹਿਣਾ ਚਾਹੁੰਦੇ? ਨਹੀਂ ਵੀਰੇ, ਅਸੀਂ ਤਾਂ ਬਹੁਤ ਧੰਨਵਾਦ ਕਰਦੇ ਹਾਂ ਵੀਰ, ਕਿਉਂਕਿ ਜਿਹੜੀਆਂ ਭੈਣਾਂ ਭਾਈਆਂ ਨੂੰ ਘਰ ਤਰਸਦੀਆਂ ਨੇ ਵੀਰੇ, ਉਹ ਉਰੇ ਆ ਕੇ ਆਪਣਾ ਉਹੀ ਭਾਈਆਂ ਨਾਲ ਮਿਲ ਕੇ ਰੱਖੜੀ ਦਾ ਤਿਉਹਾਰ ਮਨਾਉਂਦੇ, ਬਹੁਤ ਵਧੀਆ, ਧੰਨਵਾਦ ਕਰਦੇ ਵੀਰੇ ਪੁਲਿਸ ਪ੍ਰਸ਼ਾਸਨ। ਪਰਿਵਾਰ ਨੂੰ ਪਿੱਛੇ ਔਖਾ ਵੀ ਹੁੰਦਾ? ਬਹੁਤ ਔਖਾ ਵੀਰੇ, ਬਹੁਤ ਔਖਾ ਗਾ, ਕਿੱਥੇ ਅਸੀਂ ਘਰ ਮਨਾਉਣਾ ਸੀ ਵੀਰੇ ਤਿਉਹਾਰ, ਕਿੱਥੇ ਅੱਜ ਅਸੀਂ ਉਰੇ ਬੈਠੇ। ਜੇਲ੍ਹ ਪ੍ਰਸ਼ਾਸਨ ਵੀ ਕਿਸ ਤਰ੍ਹਾਂ ਪ੍ਰਬੰਧ ਵੀਰੇ? ਬਹੁਤ ਵਧੀਆ, ਬਹੁਤ ਚੰਗੀ ਸਹੂਲਤ ਆ ਵੀਰੇ, ਵਧੀਆ ਆਪਾਂ ਨੂੰ ਸਹੂਲਤ ਦਿੰਦੇ ਨੇ, ਮਿਲਦੀ ਸਹੂਲਤ ਦਿੰਦੇ ਨੇ, ਮੁਲਾਕਾਤ ਕਰਵਾਉਂਦੇ ਨੇ ਵੀਰੇ, ਪਰਿਵਾਰਿਕ ਮੁਲਾਕਾਤ ਵੀ ਕਰਵਾਉਂਦੇ ਨੇ, ਬਹੁਤ ਵਧੀਆ। ਬਹੁਤ ਸੋਹਣਾ ਮਹਿਸੂਸ ਰਹੀ, ਪ੍ਰਸ਼ਾਸਨ ਨੇ ਬਹੁਤ ਵਧੀਆ ਕੀਤਾ ਹੋਇਆ ਜੀ। ਠੀਕ ਆ, ਸਾਰੇ ਪ੍ਰਸ਼ਾਸਨ ਵਧੀਆ ਆ ਉਰੇ, ਬਹੁਤ ਵਧੀਆ ਕੀਤਾ ਇਹਨਾਂ ਨੇ, ਮਿਠਾਈ ਮਿਠੂਈ ਦਾ ਪ੍ਰਬੰਧ ਕੀਤਾ ਹੋਇਆ ਖੁਦ ਹੀ ਇਹਨਾਂ ਨੇ, ਬਹੁਤ ਵਧੀਆ ਕੀਤਾ ਹੋਇਆ ਜੀ, ਧੰਨਵਾਦ ਇਹਨਾਂ ਦਾ। ਮੇਰੇ ਲੜਾਈ ਝਗੜੇ ਦੇ ਉਹਦੇ ਵਿੱਚ ਆ ਗਏ ਸੀ, ਹੁਣ ਪਛਤਾਵਾ ਹੈਗਾ ਕਿ ਪਰਿਵਾਰ ਤੋਂ ਦੂਰ? ਹਾਂ ਜੀ, ਬਹੁਤ ਜ਼ਿਆਦਾ ਜੀ ਪਛਤਾਵਾ, ਬਹੁਤ ਜ਼ਿਆਦਾ ਜੀ। ਕਿਤੇ ਤੁਸੀਂ ਇਹ ਸੈਲੀਬ੍ਰੇਟ ਘਰੇ ਕਰਨਾ ਸੀਗਾ ਅਤੇ ਹਨਾ, ਹੁਣ ਇੱਥੇ ਕਰ ਰਹੇ ਹੋ, ਕੀ ਕਹਿਣਾ ਚਾਹੁੰਦੇ? ਹਾਂ ਜੀ, ਇਹ ਤਾਂ ਦੇਖੋ ਜੀ, ਮੇਰਾ ਬਦਕਿਸਮਤ ਹੀ ਹੈ ਜੀ, ਉਰੇ ਬੈਠੇ ਹੈਗੇ ਨਾ ਜੀ, ਚਲੋ ਪਛਤਾਵਾ ਹੀ ਇਹ ਗੱਲ ਦਾ ਵੀ ਉਰੇ ਬੈਠੇ ਹਾਂ ਜੀ। ਬਸ ਘਰ ਆਉਣਾ ਤਾਂ ਬਹੁਤ ਖੁਸ਼ੀ ਹੋਣੀ ਸੀ, ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦਾ ਗਾ ਵੀ ਗਲਤ ਕੰਮਾਂ ਤੋਂ ਦੂਰ ਰਹੋ, ਘਰ ਰਹੋ ਜੀ, ਵਧੀਆ ਜੀ, ਪਰਿਵਾਰ ਤੋਂ ਬਿਨਾਂ ਕੁਛ ਵੀ ਨਹੀਂ ਹੈਗਾ ਜੀ। ਪਛਤਾਵਾ ਤਾਂ ਹੈ ਜੀ ਵੀਰ ਜੀ, ਫਿਰ ਤੁਹਾਨੂੰ ਪਤਾ ਹੀ ਆ, ਫਿਰ ਜੇ ਨਸ਼ਾ ਕਰੇ ਗਲਤ ਕੰਮ ਕਰੇ ਗਲਤ ਤਾਂ ਹੋਏਗਾ ਹੀ ਹੋਏਗਾ, ਠੀਕ ਹੈ, ਵੀ ਪਰਿਵਾਰ ਵੀ ਪਿੱਛੇ ਤੰਗ ਹੁੰਦਾ ਜੀ, ਠੀਕ ਹੈ ਜੀ, ਤਾਂ ਵੀ ਮਤਲਬ ਜੀ ਹੁਣ ਤਾਂ ਅਸੀਂ ਘਰ ਬਣਾਉਣਾ ਸੀ ਪ੍ਰੋਗਰਾਮ, ਆਪਾਂ ਇੱਥੇ ਬਣਾਉਣਾ ਪੈ ਰਿਹਾ ਜੀ, ਦਿੱਕਤ ਤਾਂ ਹੈ ਜੀ, ਪਿੱਛੇ ਪਰਿਵਾਰ ਨੂੰ ਵੀ ਦਿੱਕਤ ਹੈ ਜੀ, ਉਹਨਾਂ ਦਾ ਹੈਗੀ। ਫੀਲ ਕਿਸ ਤਰ੍ਹਾਂ ਕਰਦੇ ਹੋ ਜਿਵੇਂ ਘਰੇ ਮਨਾਉਣਾ ਸੀ ਜਾਂ ਹੁਣ ਇੱਥੇ ਜੇਲ੍ਹ ਦੇ ਵਿੱਚ ਆਏ ਹੋ? ਹਾਂਜੀ ਹਾਂਜੀ, ਕੀ ਕਹਿਣਾ ਚਾਹੁੰਦੇ ਇਸ ਤਰ੍ਹਾਂ? ਤੰਗ ਤਾਂ ਹੋਗਾ ਹੀ ਹੈ ਬੰਦਾ ਫਿਰ ਬਾਹਰ ਆਉਣ ਜੀ, ਸਾਰੀ ਪਰਿਵਾਰ ਹੀ ਡਿਸਟਰਬ ਹੋ ਜਾਂਦਾ। ਹਾਂਜੀ ਹਾਂਜੀ, ਸਾਰੇ ਪਿੱਛੇ ਵੀ ਤੰਗ ਆ, ਤੰਗ ਹੈ ਜੀ। ਕਿੰਨੀ ਉਮਰ ਆ ਜਿਹੜਾ ਤੁਹਾਡੇ ਲੜਕੇ ਦੀ? ਜਿਹੜਾ 35 ਸਾਲ ਹੈ, 42 ਸਾਲ ਹੈ ਵੀਰ, 35 ਸਾਲ। ਹਾਂਜੀ ਹਾਂਜੀ, ਇੱਕ ਮੁੰਡਾ ਜੀ। ਪਰਿਵਾਰ ਵੀ ਜਿਹੜਾ ਹੈਗਾ, ਘਰ ਵਾਲੀ ਵੀ ਹੋਰਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੁੰਦੇ ਇਸ ਮੌਕੇ? ਬਾਜੀ ਮੈਂ ਤਾਂ ਇਹ ਕਹਿੰਦਾ ਵੀ ਨਾ ਇੱਥੇ ਕੋਈ ਆਵੇ,
ਨਾ ਨਸ਼ਾ ਕਰੇ ਨਾ ਗਲਤ, ਚੰਗੀ ਸੰਗਤ ਨਾਲ ਲੱਗੇ ਰਹੇ ਬੰਦਾ ਨਾ ਠੀਕ ਰਹੇਗਾ, ਮਾੜੀ ਸੰਗਤ ਆ ਫਿਰ ਮਾੜਾ ਨਤੀਜਾ ਤਾਂ ਹੋਏਗਾ ਜੀ। ਬਹੁਤ ਵਧੀਆ ਜੀ, ਬਹੁਤ ਵਧੀਆ ਆਪਣੇ ਇੱਥੇ ਸੁਪਰਡੈਂਟ ਸਾਹਿਬ ਕਮਲਦੀਪ ਸਿੰਘ ਭੰਗੂ ਜੀ ਅਤੇ ਡਿਪਟੀ ਸੁਪਰਡੈਂਟ, ਇਹ ਨੇਚਰ ਬਹੁਤ ਵਧੀਆ ਅਤੇ ਦੇਖਦੇ ਨੇ ਬਹੁਤ ਵਧੀਆ ਢੰਗ ਨਾਲ, ਅਤੇ ਮਤਲਬ ਕਿ ਬਹੁਤ ਜ਼ਿਆਦਾ ਗੁੱਡ ਫੀਲ ਹੁੰਦਾ ਜਿਸ ਤਰ੍ਹਾਂ ਮਤਲਬ ਕਿ ਪਰਿਵਾਰ ਆ ਕੇ ਇੱਥੇ ਉਸ ਤਰ੍ਹਾਂ ਫੀਲ ਨਹੀਂ ਹੁੰਦਾ ਬੰਦੇ ਨੂੰ ਕਿ ਬੰਦਾ ਅੰਦਰ ਨਜ਼ਰ ਬਣਦਾ ਜਾਂ ਬਣਦਾ। ਹਾਂਜੀ, ਤਾਂ ਇਹ ਔਖਾ ਤਾਂ ਹੁੰਦਾ ਜੀ, ਮਤਲਬ ਕਿ ਫੀਲ ਹੁੰਦਾ ਜੀ, ਦੇਖੋ ਘਰ ਕਿੱਥੇ, ਘਰ ਦੇ ਵਿੱਚ ਸੈਲੀਬ੍ਰੇਟ ਕਰਦੇ ਹਾਂ ਆਪਾਂ, ਜੇਲ੍ਹ ਦੇ ਵਿੱਚ, ਚਲੋ ਇੱਦਾਂ ਵੀ ਮਤਲਬ ਕਿ ਇੱਥੇ ਬੰਦੇ ਸਾਰੇ ਚੰਗੇ ਆ ਜੀ ਮੁਲਾਜ਼ਮ, ਅਤੇ ਸੁਪਰਡੈਂਟ ਸਾਹਿਬ ਬਹੁਤ ਵਧੀਆ ਮਤਲਬ ਨੇਚਰ ਆ ਉਹਨਾਂ ਦੀ, ਤਾਂ ਮਤਲਬ ਕਿ ਜ਼ਿਆਦਾ ਉਸ ਤਰ੍ਹਾਂ ਫੀਲ ਨਹੀਂ ਹੁੰਦਾ, ਬਹੁਤ ਵਧੀਆ ਢੰਗ ਨਾਲ ਇੱਥੇ ਰੱਖਿਆ ਜਾਂਦਾ ਜੀ ਜੇਲ੍ਹ ਦੇ ਵਿੱਚ, ਅਤੇ ਕੋਈ ਬਾਹਲੀ ਵੱਡੀ ਗੱਲ ਨਹੀਂ ਵੀ ਕੋਈ ਔਖਿਆ ਹੀ ਨਹੀਂ ਹੈ ਕਿਸੇ ਚੀਜ਼ ਦੀ। ਹਾਂ, ਪਛਤਾਵਾ ਜ਼ਰੂਰ ਹੁੰਦਾ ਜੀ, ਪਛਤਾਵਾ ਤਾਂ ਹੁੰਦਾ ਹੀ ਹੈ, ਕਾ ਚਲੋ ਬੰਦਾ ਸੋਚਦਾ ਵੀ ਕੋਈ ਗਲਤੀ ਚਲੋ ਜੋ ਬੰਦੇ ਤੋਂ ਹੋ ਜਾਂਦੀ ਹੈ ਇੱਦਾਂ ਦੀ, ਦੁਬਾਰਾ ਫਿਰ ਬੰਦੇ ਨੂੰ ਆ ਕੀ ਪਤਾ ਲੱਗਦਾ ਜੀ ਵਿੱਚ, ਜਦੋਂ ਬੰਦਾ ਆਉਂਦਾ ਨਹੀਂ ਆਉਂਦਾ ਤਾਂ ਬੰਦੇ ਨੂੰ ਪਤਾ ਵੀ ਨਹੀਂ ਲੱਗਦਾ ਜੀ ਅੱਗੇ ਪਾਸੇ। ਹਾਂਜੀ ਹਾਂਜੀ, ਅਤੇ ਮਾਨਯੋਗ ਡੀ ਜੀ ਪੀ ਜੇਲ੍ਹਾਂ ਸ਼੍ਰੀ ਅਰੁਣ ਪਾਲ ਜੀ ਦੇ ਹੁਕਮਾਂ ਦੇ ਅਨੁਸਾਰ ਅੱਜ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ, ਅੱਜ ਸੁਬਹਾ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 5 ਵਜੇ ਤੱਕ ਮੁਲਾਕਾਤਾਂ ਜੇਲ੍ਹਾਂ 'ਤੇ ਕਰਵਾਈਆਂ ਜਾ ਰਹੀਆਂ। ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ? ਜੇਲ੍ਹ ਦੇ ਅੰਦਰ ਡਿਊਟੀ ਦੇ ਵਿੱਚ ਅਸੀਂ ਦੋਨੇ ਭੈਣ ਭਰਾਵਾਂ ਨੂੰ, ਜਿਹੜਿਆਂ ਦੇ ਸਿਸਟਰ ਨੇ ਅੰਦਰ ਨੇ ਉਹਨਾਂ ਦੇ ਭਰਾਵਾਂ ਨੂੰ ਅਤੇ ਜਿਹੜੀਆਂ ਭਰਾ ਅੰਦਰ ਉਹਨਾਂ ਦੇ ਭੈਣਾਂ ਨੂੰ ਬੜੇ ਸੁਖਾਵੇਂ ਮਾਹੌਲ ਦੇ ਵਿੱਚ ਸਿਟਿੰਗ ਦਿੱਤੀ ਹੈ ਪ੍ਰੋਪਰ, ਅਤੇ ਉਹ ਬੈਠ ਕੇ ਰੱਖੜੀ ਬੰਨ ਰਹੇ ਨੇ। ਕਿੰਨੇ ਪ੍ਰੋਵੀਜ਼ਨ ਹੈ ਜੀ, ਕਿੰਨੇ ਕੈਦੀ ਆ ਹਵਾਲਾਤੀ ਜੇਲ੍ਹ ਦੇ ਅੰਦਰ, ਕਿੰਨੀ? ਸਾਡੇ ਕੋਲ ਸਮੇਂ 1400 ਦੇ ਕਰੀਬ ਬੰਦੀ ਅੰਦਰ ਬੰਦ ਨੇ। ਕਿੰਨੀਆਂ ਮੁਲਾਕਾਤਾਂ ਜਿਹੜੀਆਂ ਸੰਭਵ ਅੱਜ ਹੋ ਸਕਦੀਆਂ ਰੱਖੜੀਆਂ, ਜਿਹੜੀ ਵੱਧ ਤੋਂ ਵੱਧ ਬਣਾਈ ਜਾ ਸਕਦੀ? ਸਾਨੂੰ ਆਸ ਹੈ ਕਿ ਸਾਡੀਆਂ 300 ਦੇ ਕਰੀਬ ਮੁਲਾਕਾਤਾਂ 'ਚ ਹੋਣਗੀਆਂ।